जी सत श्रीकाल जी सारों नवे ब्लॉग से ता वेलकम है। तो आप न्यू कंट्री चाह कैनेडा चाह आप सो अज ब्लॉग की पहली स्टार्टिंग कर चलें। सो जे तुम ब्लॉग वधिया लग्या होवे लाइक करो शेयर करो तो कमेंट जरूर करो तो सबसक्राइब करना ना भूलो चैनल नू। सो हूँ आप डेली ब्लॉग्स पाए करांगे। सो अज आप स्टार्टिंग करते हैं डे की तैयार त्यूर होंगे चाह चू पी के रेडी होके मिलते हैं तुम दस दें डे रूटीन क्या रहेगा। सो चैनल में कर लो सब्सक्राइब तो तुम तैयार तुर होकर मिलते हैं। थैंक यू। सो जी इन्हों के तैयार हो चुके हैं देख सकते हो तुम। सो अज व्लॉग की शुरुआत कर रहे हैं आप जिमें कि तुम्हें पता है हूँ आप बाहर कुछ ग्रोसरी का समान है और रिटर्न कर जाना तो थोड़े बहुत पैसे पहुँच जाने बैंक च तो छोटा जहाँ तुम रूम टूर दे दिए अपना रूम है आ बैड है आ कपड़े ने अपने। सो आ अपना वार्डरोब है जो तू जाने अपना वार्डरोब अपना आटे में चक दें तो हूँ 19 मिनट की वॉक है तो अपनी लोकैलिटी दिखा दें। आज अपनी लोकैलिटी व्यू देखो कि घंट आंदा तो आया जी अपना घर। वो आया जी कैनेडा की लोकैलिटी जिथे असी रहने तो जी उरे तो अपनी 20 या 25 मिनट की आई थिंक सो वॉक है तो वॉक तो बाद असी आटा चक्की आने जो काफ़ी भारी है तो वॉक तो बाद तानू बस फड़ांगे तो इधरों फ्रैश हो जावांगे जिथे इनू रिटर्न करना है देखांगे इहदे बंडे कुछ होर लवांगे। जी कैनेडा का स्कूल है जिहदा नाम है स्प्रिंग ब्रुक जॉर्डनसन ड्राइव पैंदा है स्कूल पब्लिक स्कूल है जी ये तो तुसी देख सकते हो अज इन्नी ठंड नहीं हैगी धुप निकली हुई अज वधिया जी फिर भी टैंपरेचर -1 डिग्री चाहता जी पूरे दी धुप्प ते भरोसा ना करो। देख सकते हो जी। सो जी आपां समान लै लिया
ਤੇ ਸਮਾਨ ਲੈਂਦੇ ਲੈਂਦੇ ਹੋ ਗਈ ਆਪਣੀ ਰਾਤ ਤੇ ਆਪਾਂ ਜਾਣਾ ਹੁਣ ਮਾੜਾ ਜਿਹਾ ਬੈਂਕ 'ਚ ਏਟੀਐਮ 'ਚ ਮਾੜੇ ਜਿਹੇ ਬੈਂਕ 'ਚ ਪੈਸੇ ਪਵਾਉਣੇ ਆ ਤੇ ਬੈਂਕ ਜਾ ਕੇ ਤੁਹਾਡੇ ਨਾਲ ਗੱਲ ਕਰਦੇ ਹਾਂ ਬੈਂਕ ਤੋਂ ਫਿਰ ਆਪਾਂ ਘਰੇ ਚੱਲਾਂਗੇ ਤੇ ਜੇ ਕੋਈ ਮਾੜਾ ਮੋਟਾ ਜਿਹਾ ਡੋਲਰਾਮਾ ਜਾਂ ਸਾਹਮਣੇ ਵਾਲਮਾਰਟ ਹੈ ਉੱਧਰੋਂ ਸਮਾਨ ਜਾਂ ਮਿਲਿਆ ਤਾਂ ਦੇਖਾਂਗੇ ਬਾਕੀ ਆਹ ਆਪਾਂ ਆਟਾ ਮੜਾ ਕੇ ਆਹ ਸਮਾਨ ਲੈ ਲਿਆ ਪਨੀਰ ਪਨੂਰ ਲੈ ਲਿਆ ਆਪਾਂ ਸੋ ਆਪਾਂ ਬੈਂਕ 'ਚ ਜਾ ਰਹੇ ਹਾਂ ਜਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੈਂਕ ਹੈ CIBC ਉਹਦੇ ਚੱਲਦੇ ਹਾਂ ਸੈਂਟਰ ਹੋਣੇ ਵਾਲੇ ਆਪਾਂ ਆਹ ਬੈਂਕ ਦੀ ਐਂਟਰੈਂਸ ਹੈ ਦੇਖ ਸਕਦੇ ਹੋ ਤੁਸੀਂ ਆਹ ਬੈਂਕ 'ਚ ਪੈਸੇ ਜਮ੍ਹਾਂ ਕਰਾਉਣੇ ਆ ਆਹ ਬੈਂਕ ਦੀ ਮਸ਼ੀਨ ਆ ਗਈ ਆਪਣੀ ਜਮ੍ਹਾਂ ਇਡਾਲਾ ਹਿਸਾਬ ਕਿਤਾਬ ਹੈ ਪੂਰੇ ਆਪਾਂ ਡਿਪੋਜ਼ਿਟ ਕਰਾਉਣੇ ਪੈਸੇ ਆਪਣੇ ਚੈਕਿੰਗ 'ਚ ਕਰਾਉਣੇ ਪੈਸੇ ਆਪਾਂ ਜਮ੍ਹਾਂ ਪ੍ਰਿਪੇਅਰਿੰਗ ਫੋਰ ਆਈਟਮਸ ਫੋਰ ਡਿਪੋਜ਼ਿਟ ਆਪਣੇ ਪੈਸੇ ਆ ਆਪਾਂ ਡਿਪੋਜ਼ਿਟ ਕਰਾਉਣੇ $200 ਕਰਾ ਦਿਉ ਅਤੇ ਹੋਰ ਕਰਾਉਣਾ ਹੁਣ $600 ਡਿਪੋਜ਼ਿਟ 'ਤੇ ਜਾ ਕੇ ਚੈਕਿੰਗ ਸਾਹਮਣੇ ਵਾਲਮਾਰਟ ਦੇਖ ਰਹੇ ਹੋ ਉੱਧਰ ਨੂੰ ਜਾਂਦੇ ਹਾਂ ਅਤੇ ਉੱਧਰ ਐਂਟਰ ਕਰਕੇ ਇੱਕ ਦੁੱਧ ਦਾ ਸਮਾਨ ਲੈਣਾ ਉਹ ਦੇਖਦੇ ਹਾਂ ਜੀ ਸੋ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਐਂਟਰ ਹੋ ਰਹੇ ਹਾਂ ਵਾਲਮਾਰਟ 'ਚ ਐਵੇਂ ਐਂਟਰੈਂਸ ਬਣੀ ਹੈ ਜੀ ਕਾਫੀ ਵਾਈਡ ਸ਼ੋਪਿੰਗ ਮੋਲ ਹੈ ਇਹ ਕਾਫੀ ਵਾਈਡ ਰੇਂਜ ਦੀ ਵਿਟਾਮਿਨ ਕੈਪਸੂਲਸ ਮਿਲ ਜਾਂਦੇ ਨੇ ਆਹ ਦੇਖ ਸਕਦੇ ਹੋ ਤੁਸੀਂ ਆਪਣਾ ਫੇਵਰੇਟ ਸੈਕਸ਼ਨ ਹੈ ਪ੍ਰੋਟੀਨ ਸੈਕਸ਼ਨ ਇੰਡੀਆ ਵੀ ਲੈ ਕੇ ਭੇਜਣੇ ਨੇ ਆਪਾਂ ਇਹ ਸੋ ਕਿਸੇ ਦਿਨ ਇਹਦਾ ਵੱਖਰਾ ਬਲੌਗ ਬਣਾਵਾਂਗੇ ਅਤੇ ਲੈਣ ਆਵਾਂਗੇ ਦੇਖ ਸਕਦੇ ਹੋ ਤੁਸੀਂ ਵਾਈਡ ਰੇਂਜ ਮਿਲ ਜਾਂਦੀ ਆ ਜੀ ਜਿਵੇਂ ਜਿਵੇਂ ਰਾਤ ਹੋਈ ਜਾਂਦੀ ਆ ਉਵੇਂ ਉਵੇਂ ਠੰਡ ਵਧੀ ਜਾਂਦੀ ਆ ਅਤੇ ਤੁਸੀਂ ਵਿਊ ਦੇਖ ਸਕਦੇ ਹੋ ਟਾਈਮ ਹਾਲਾਂਕਿ 6:30 ਹੀ ਹੋਇਆ ਹਲੇ ਪਰ ਫਿਰ ਵੀ ਹਨੇਰਾ ਜ਼ਿਆਦਾ ਹੋ ਜਾਂਦਾ ਜਲਦੀ ਹੋ ਜਾਂਦਾ ਵਿੰਟਰਸ 'ਚ ਅਤੇ ਲੈ ਜਾਂਦੇ ਆਪਾਂ ਆਪਣਾ ਸਮਾਨ ਲੈ ਕੇ ਸੋ ਜੀ ਉਰੇ ਤੋਂ ਹੀ ਵਲੌਗ ਦੀ ਐਂਡਿੰਗ ਕਰਦੇ ਹਾਂ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਕਮੈਂਟ ਕਰਨਾ ਨਾ ਭੁੱਲਿਓ ਕਿ ਹੁਣ ਚੈਨਲ 'ਤੇ ਨਵੀਂ ਨਵੀਂ ਵੀਡੀਓਜ਼ ਆਉਂਦੀ ਰਹੇਗੀ ਤਾਂ ਇਸ ਲਈ ਕਹਿਣਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਹੋਰ ਵੀ ਵਧੀਆ ਵਧੀਆ ਕੰਟੈਂਟ ਲੈ ਕੇ ਆਉਂਦੇ ਰਹਾਂਗੇ ਸੋ ਦੈਟ ਇਟਸ ਫੋਰ ਟੂਡੇ ਥੈਂਕ ਯੂ